केंद्र सरकार द्वारा तीन ऑर्डिनेंस के खिलाफ आज किसानों द्वारा प्रदर्शन किया गया। सुखविंदर सिंह सुख सरकारिया और ओपी सोनी के पीए को मांग पत्र दिया। इस मामले में किसानों का कहना है कि सरकार ने जो ऑर्डिनेंस पास किए हैं उससे किसानी खत्म हो जाएगी और यदि उनकी ये मांगे पूरी नहीं की गई तो वे दिन रात धरने के लिए बैठ जाएंगे। हाँ जी, की नाम है तुम्हारा जी? मैं जतिंदर सिंह सिंह। हाँ जी, आज जरा किरती किसान यूनियन मांग पत्र देने की मंगा है तुम्हारे की कहना? मंगा साड़िया जिहड़ा केंद्र ने तीन किसान विरोधी आर्डिनेंस जारी किए उन्होंने वापस कराने लिए अंदोलन हो रहा। अज तुम देख रहे हो कि हजारा मोटरसाइकिल लैके किसान जोड़े अमृतसर के सारे MLA मंत्रियां और MP जोड़े उन्होंने घर के अगे गए उन्होंने को मांग की है भी साड़ी आवाज जी पार्लीमेंट अंदर विधानसभा अंदर जोड़ा उठाओ पंजाब सरकार विधानसभा के स्पैशल अजलास जोड़ा सद के इन आर्डिनेंसा जोड़ा रद्द करे और डीजल दीयां कीमतां च पंजाब सरकार दा वड्डा टैक्स लाया हो उस टैक्स नूं पंजाब सरकार खत्म करे ते डीजल जिहड़ा उह सस्ता हो ते अगर मंगा नहीं मानते अगली कार्रवाई की होगी। ये अंदोलन जिहड़ा बहुत वड्डे पद्धर ते तुसीं देख रहे जो उदों ट्रैक्टर मार्च होया 27 तरीक नूं बहुत वड्डा होया। अज तुसीं देख सकते हो हजारां मोटरसाइकिल लै के किसान जिहड़े ने उह सारे तहसील हैडक्वार्टरां तों अमृतसर नूं MLA जिहड़े आ मंत्री जिहड़े आ और MP ਨੂੰ ਜਿਹੜੇ ਮੰਗ ਪੱਤਰ ਦੇਣਾ ਹੈ ਅੰਦੋਲਨ ਬਹੁਤ ਵੱਡਾ ਅੰਦੋਲਨ ਇਹਦੇ ਵਿਰੁੱਧ ਹੋਣਾ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਬੜਾ ਸਪਸ਼ਟ ਆ ਵੀ ਜੇ ਆਰਡੀਨੈਂਸ ਲਾਗੂ ਹੋ ਗਿਆ ਕਣਕ ਝੋਨੇ ਦੀ ਸਰਕਾਰੀ ਖਰੀਦ ਖਤਮ ਹੋ ਜਾਣੀ ਆ ਔਰ ਕਣਕ ਝੋਨਾ ਜਿਹੜਾ ਸਾਡਾ ਜਿਹੜਾ ਕੁੰਡੀਆਂ ਦੇ ਭਾਅ ਲੁੱਟਿਆ ਜਾਣਾ ਪਹਿਲਾਂ ਹੀ ਕਰਜ਼ੇ 'ਚ ਪੰਜਾਬ ਦਾ ਕਿਸਾਨ ਜਿਹੜਾ ਗਲ ਗਲ ਡੁੱਬਿਆ ਹੋਇਆ ਸਾਰੀ ਪੰਜਾਬ ਦੇ ਕਿਸਾਨਾਂ ਦੀ ਸਾਰੀ ਜ਼ਮੀਨ ਬੈਂਕਾਂ ਅੱਗੇ ਕਹਿਣੇ ਆ ਆੜ੍ਹਤੀਆਂ ਦਾ ਬਹੁਤ ਵੱਡਾ ਕਰਜ਼ਾ ਜਿਹੜਾ ਕਿਸਾਨਾਂ ਦੇ ਸਿਰ 'ਤੇ ਔਰ ਸਭ ਦੁਕਾਨਦਾਰਾਂ ਦੇ ਕਿਸਾਨ ਕਰਜ਼ਾਈ ਆ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਸੋ ਇਸ ਕਰਕੇ ਕਿਸਾਨ ਇਹ ਸਮਝਦੇ ਨੇ ਵੀ ਜੇ ਉਹ ਚੀਜ਼ ਆਣ ਕੇ ਲਾਗੂ ਹੋ ਜਾਂਦੀ ਆ ਤਾਂ ਸਾਡੇ ਕੋਲ ਖੇਤੀ ਜਿਹੜੀ ਆ ਛੁੱਟ ਜਾਊਗੀ ਅਸੀਂ ਖੇਤੀ ਕਰਨ ਜੋਗੇ ਨਹੀਂ ਰਹਾਂਗੇ ਇਸ ਕਰਕੇ ਕਿਸਾਨ ਵੱਡੇ ਪੱਧਰ 'ਚ ਅੰਦੋਲਨ 'ਚ ਆ ਰਹੇ ਨੇ ਅੰਦੋਲਨ ਹੋਊ ਵੱਡਾ ਸਰਕਾਰ ਨੂੰ ਵਾਪਸ ਲੈਣਾ ਪਊਗਾ 17 ਤਰੀਕ ਦੀ ਕੀ ਰੂਪ ਰੇਖਾ ਹੋਈ ਹੈ ਜੇਲ੍ਹ ਭਰੋ ਅੰਦੋਲਨ 17 ਦਾ ਜਿਹੜਾ ਜੇਲ੍ਹ ਭਰੋ ਅੰਦੋਲਨ ਆ ਉਹ ਇੱਕ ਜਥੇਬੰਦੀ ਨੇ ਆਪਣੇ ਤੌਰ ਤੇ ਸੱਦਾ ਦਿੱਤਾ ਹੋਇਆ ਇਹ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਜਿਹੜੀ ਆ ਪੂਰੇ ਹਿੰਦੁਸਤਾਨ ਦੀਆਂ 260 ਜਥੇਬੰਦੀਆਂ ਦਾ ਇਹਨੂੰ ਸਮਰਥਨ ਆ ਇਹਦੇ ਵੱਲੋਂ ਅਗਲਾ ਪ੍ਰੋਗਰਾਮ ਜਿਹੜਾ ਉਹ 17 ਤਰੀਕ ਨੂੰ ਇੱਕ ਮੀਟਿੰਗ ਕੀਤੀ ਜਾ ਰਹੀ ਆ ਪੰਜਾਬ ਦੀਆਂ ਜਥੇਬੰਦੀਆਂ ਨੂੰ ਵੱਲੋਂ ਉਹਦੇ 'ਚ ਅਗਲੇ ਅੰਦੋਲਨ ਦਾ ਜਿਹੜਾ ਦਾਨ ਹਾਂਜੀ ਕੀ ਨਾਮ ਜੀ ਤੁਹਾਡਾ ਜੀ ਰਤਨ ਸਿੰਘ ਰਨਾਲਾ ਅਸੀਂ ਅੱਜ ਅਸੀਂ 12 किसान जथेबंदियां इत्थे पंजां दी होंद आ उन्हां दे तरफों तिन्ने जिहड़े नोटिफिकेशन मोदी ने कीते जिहड़े पंजाब दे किसानां दी बर्बादी मचाउंदे उहदे खिलाफ जमा कोऑपरेटिव बैंक लै गया मोदी इहदे नाल उह बैंकां दा मर्जर करता इहदे नाल उह विद्या नूं हैल्थ नूं सिहत सेवावां नूं उह निजी हत्थां 'च फड़ा रिहा गरीब लोकां दा इलाज नहीं हो सकिआ अज की कीता जी अज असीं अज 7वें थां ते आए आ ਦੋ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਮੰਗ ਪੱਤਰ ਦਿੱਤੇ ਆ ਦੋ ਪੰਜਾਬ ਦੇ ਕੈਬਨਿਟ ਮੰਤਰੀ ਆ ਸਰਕਾਰ ਦੇ ਸੋਨੀ ਸਾਹਿਬ ਇਹਨਾਂ ਨੂੰ ਮੰਗ ਪੱਤਰ ਦਿੱਤੇ ਆ ਤੇ 4 ਅਸੀਂ MLA ਕਵਰ ਕੀਤੇ ਤੇ ਅਗਰ ਤੁਹਾਡੀਆਂ ਅਗਲੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਅਗਲੀ ਕਾਰਵਾਈ ਕੀ ਹੋਵੇਗੀ ਅਸੀਂ ਘੋਲ ਨੂੰ ਇੰਟੈਂਸੀਫਾਈ ਕਰਾਂਗੇ ਇਹਨੂੰ ਹੋਰ ਪਿੰਡਾਂ 'ਚ ਜਾਵਾਂਗੇ ਲੋਕਾਂ ਦੀ ਲਾਮਬੰਦੀ ਕਰਕੇ ਤਗੜਾ ਵਿਦਰੋਹ ਹਾਂਜੀ ਕੀ ਨਾਮ ਜੀ ਤੁਹਾਡਾ ਜੀ ਦਵਾਰਕਾ ਦਾ ਹਾਂਜੀ ਆ ਜਿਹੜਾ ਮੰਗ ਪੱਤਰ ਦਿੱਤਾ ਕਾਹਦਾ ਦਿੱਤਾ ਜੀ ਤੁਹਾਨੂੰ ਇਹ ਜਿਹੜੀਆਂ ਵੀ ਉਹਨਾਂ ਦੇ ਮੰਗਾਂ ਨੇ ਇਹ ਮੰਤਰੀ ਸਾਹਿਬ ਦੇ ਅੱਗੇ ਕੱਲ ਰੱਖੀਆਂ ਜਾਣਗੀਆਂ ਕੀ ਮੰਗਾਂ ਪਤਾ ਦੱਸਿਆ ਉਹਨਾਂ ਨੇ ਚਲੋ ਜੋ ਵਿੱਚ ਲਿਖਿਆ ਉਹ ਮੰਤਰੀ ਸਾਹਿਬ ਨੂੰ ਕੱਲ ਦੇ ਦਿੱਤੀ ਜਾਣਗੀ ਬਿਊਰੋ ਰਿਪੋਰਟ ਲਾਈਵ ਭਾਰਤ